ਨੰਬਰ ਬਣ ਰਹੀ ਆ ਤਾਂ ਹੁਣ ਮੈਨੂੰ ਵੀ ਪਿੱਛੇ ਛੱਡਿਆ ਜਾ ਰਿਹਾ ਹੱਲ ਕੀਤਾ ਜਾ ਰਿਹਾ ਪਾਕਿਸਤਾਨ ਦੀ ਗਾਂਢ ਦਾ ਜੋ ਲਾਉਂਦਾ ਜੋ ਘਰੇ ਬੈਠਾ ਮਾਂ ਚ ਨੂੰ ਆਪਣੀ ਹੱਲਾ ਗੁੱਲਾ ਕਰਕੇ ਪਾਕਿਸਤਾਨ ਦੀ ਗਾਂਢ ਚ ਇੰਨੇ ਲੁੱਲੇ ਬੜ ਗਿਆ ਭੈਣ ਚੋਦੋ ਹੁਣ ਤਾਂ ਬਾਹਰ ਨਿਕਲੋ ਪਾਕਿਸਤਾਨ ਦਾ ਜੂਠ ਅੱਲਾ ਗੁੱਲਾ ਪਾਕਿਸਤਾਨ ਦੀ ਗਾਂਢ ਚ ਲੁੱਲਾ ਮੁੱਲੇ ਚਾਹੁੰਦੇ ਲੁੱਲੇ ਸਭ ਦੇ ਪਾਕਿਸਤਾਨ ਦੀ ਗਾਂਢ ਦੀ ਇਹ ਹਾਲਤ ਆ ਕਰੀ ਆ ਇੰਡੀਆ ਦੇ ਲੰਨ ਪਾਕਿਸਤਾਨ ਦੇ ਵਿੱਚ ਆ ਕੇ ਸਾਡੇ ਮੁਸਲਮਾਨ ਕੁੜੀਆਂ ਦੇ ਖੁੱਦਿਆਂ ਵਿੱਚ ਵੜ ਰਹੇ ਨੇ ਪਾਕਿਸਤਾਨ ਦਾ ਜੂਠ ਘਰੇ ਬੈਠਾ ਆਪਣੀ ਮਾਂ ਚਲਾਉਂਦਾ ਭੈਣ ਦਾ ਲੋੜਾ ਕੁਛ ਨੀ ਕਰਦਾ ਪਾਕਿਸਤਾਨ ਦਾ ਜੂਠ ਇੰਨਾ ਕਲਾਨਾ ਪੁੱਛੋ ਹੀ ਨਾ ਆ ਪਿੱਛੇ ਜੇ ਮੈਨੂੰ ਇੱਕ ਫੋਨ ਆਇਆ ਗਾਂਡੂ ਦਾ ਕਰਾਚੀ ਤੋਂ ਕਹਿੰਦਾ ਜਾਗਮੀਤ ਤੇਰੀ ਭੈਣ ਦੇ ਫੁੱਦੇ ਚ ਅੱਜ ਤੱਕ ਕਿੰਨੇ ਕੁ ਲੰਨ ਜਾ ਚੁੱਕਿਆ ਮੈਂ ਕਿਹਾ ਮੇਰੀ ਭੈਣ ਦੇ ਫੁੱਦੇ ਤੋਂ ਤਕਰੀਬਨ 10 ਕਿੰਡੀਆ ਦਾ 10 ਲੱਖ ਇੰਡੀਆ ਦਾ ਤੇ ਮੈਂ ਕਿਹਾ 5 ਲੱਖ ਯਹੂਦੀ ਤੇ 3 ਲੱਖ ਅਮਰੀਕਾ ਦੇ ਲੰਨ ਜਾ ਚੁੱਕਿਆ ਉਹ ਕਹਿੰਦਾ ਮਾਰਾ ਮੇਰੀ ਕੁੜੀ ਦੇ ਪੁੱਜੇ ਦਾ 11 ਲੱਖ ਤੇ ਮੈਂ ਕਿਹਾ ਭੈਣ ਚੋ ਤੂੰ ਤਾਂ ਸਾਲਾ ਮੇਰੀ ਕੁੜੀ ਨੂੰ ਪਿੱਛੇ ਹਟਤਾ ਦੇਖ ਲਓ ਇੱਥੇ ਪਾਕਿਸਤਾਨ ਦੇ ਵਿੱਚ ਅੱਜ ਕੱਲ ਦੇ ਲੌਂਡੇ ਸਾਲੇ ਮੈਨੂੰ ਟੱਕਰ ਦੇਣ ਲੱਗ ਗਏ ਆ ਇਹ ਮੇਰੀ ਭੈਣ ਦੇ ਪੁੱਜੇ ਦੇ ਨੂੰ ਪਿੱਛੇ ਹਟ ਕੇ ਅੱਗੇ ਲੰਘਣਾ ਚਾਹੁੰਦੇ ਆ ਤਾਂ ਕਿ ਜਰਦਾਰੀ ਦੀ ਅੱਖਾਂ ਮੂਹਰੇ ਆਪਣੀ ਭੈਣ ਦੇ ਫੁੱਦੇ ਦੇ ਨੰਬਰ ਬਣਾ ਸਕਣ ਅਤੇ ਜਰਦਾਰੀ ਤੋਂ ਵਧੀਆ ਪੈਸੇ ਇਕੱਠੇ ਕਰ ਸਕਣ। ਅਮਰੀਕਾ ਨੇ ਜਰਦਾਰੀ ਨੂੰ ਵੀ ਇਕੱਲਾ ਬਣਾਇਆ ਜਾਂ ਇੰਡੀਆ ਨੇ ਪ੍ਰਧਾਨ ਮੰਤਰੀ ਜਿਹੜਾ ਆਪਣੇ ਦੇਸ਼ ਦਾ ਲੌਂਡਾ ਗਿਲਾਨੀ ਉਹਨੂੰ ਬਣਾਇਆ ਹੋਇਆ। ਇਹ ਸਭ ਭੈਣ ਦੇ ਲੋੜੇ ਨੇ, ਸਭ ਪਾਕਿਸਤਾਨ ਨੂੰ ਲੁੱਟ ਰਹੇ ਨੇ, ਪਾਕਿਸਤਾਨ ਦੀ ਭੈਣਾਂ ਦੇ ਫੁੱਦੇ ਖਾ ਰਹੇ ਨੇ ਤੇ ਸਾਡੀਆਂ ਕਸ਼ਮੀਰ ਵਿੱਚ ਮੁਸਲਮਾਨ ਕੁੜੀਆਂ ਦੇ ਫੁੱਦਿਆਂ ਦੇ ਵਿੱਚ ਜਿੰਨੇ ਵੀ ਅੱਤਿਆਚਾਰ ਹੁੰਦੇ ਆ, ਜਿੰਨੇ ਵੀ ਸੱਪ ਸੁੱਪ ਜਾਂ ਹੋਰ ਕੋਈ ਚੀਜ਼ਾਂ ਵੜਦੀਆਂ ਨੇ, ਇਹਦੇ ਪਿੱਛੇ ਇੰਡੀਅਨ ਸਰਕਾਰ ਦਾ ਹੱਥ ਆ। ਇੰਡੀਅਨ ਸਰਕਾਰ ਸਾਡੀ ਸ਼ਰੇਆਮ ਪਾਕਿਸਤਾਨ ਦੇ ਵਿੱਚ ਹੀ ਬੁੰਡ ਮਾਰਦੀ ਹੈ। ਗਾਜੀ ਰਸ਼ੀਦ ਦੀ ਬੁੰਡ ਇੰਡੀਅਨ ਰਾਹ ਨੇ ਕਟਾਈ, ਮੁਸ਼ਰਫ ਦੀ ਬੁੰਡ ਚ ਉਹਨਾਂ ਨੇ ਰਿੰਡਾ ਹੈਗਾ ਦਿੱਤਾ ਵੀ। ਮੁਸ਼ਰਫ ਨੇ ਗਾਜੀ ਰਸ਼ੀਦ ਨੂੰ ਕਿਹਾ ਵੀ ਜੇ ਤੂੰ ਪਾਕਿਸਤਾਨੀ ਮੁਸਲਮਾਨ ਕੁੜੀਆਂ ਜਿਹੜੀਆਂ ਤੇਰੇ ਮਦਰਸੇ ਚ ਨੇ ਉਹਨਾਂ ਨੂੰ ਇੰਡੀਆ ਦੇ ਲੰਨ ਨਾ ਦੋ, ਅੱਜ ਤਾਂ ਤੇਰੇ ਮਦਰਸੇ ਤੇ ਹਮਲਾ ਹੋ ਜਾਣਾ। ਸਾਡੀਆਂ ਭੈਣਾਂ ਦੇ ਫੁੱਦੇ ਚੱਕਣਾ ਚੂੜ ਕੀਤੇ ਜਾ ਰਹੇ ਨੇ, ਸਾਡੀ ਭੈਣਾਂ ਦੇ ਫੁੱਦੇ ਚ ਲੰਨ ਪਾ ਪਾ ਕੇ ਮੁੜ ਕੇ ਭੰਗੜੇ ਪੈ ਜਾਂਦੇ ਨੇ। ਪੰਜਾਬ ਦੇ ਬੰਦੇ ਆਉਂਦੇ ਨੇ ਤੇ ਭੈਣ ਚੁੱਕ ਕੇ ਸਾਡੀ ਚਲੇ ਜਾਂਦੇ ਨੇ। ਪੰਜਾਬ ਦੇ ਬੰਦੇ ਕਹਿਣ ਤੋਂ ਮਤਲਬ ਮੇਰਾ ਇੰਡੀਆ ਪੰਜਾਬ ਜਿਹੜਾ ਇੱਥੇ ਦਾ ਪਾਕਿਸਤਾਨ ਦਾ ਪੰਜਾਬ ਉਹ ਤਾਂ ਗਾਂਡੂ ਆ, ਲੋੜਾ ਆ, ਉਹ ਤਾਂ ਲੰਨ ਆ, ਭੈਣ ਦੇ ਲੋੜੇ ਨੇ ਪਹਿਲਾਂ ਨੇ, ਉਹ ਤਾਂ ਮਦਰਸੇ ਦੀ ਮੁੱਠ ਮਰਨ ਦੇ ਕੰਪਟੀਸ਼ਨ ਕਰਾਉਂਦੇ ਆ। ਭੈਣ ਦੇ ਯਾਰ ਆਪਣੀ ਭੈਣਾਂ ਦੀ ਫੁੱਦੀ ਵੜਵਾ ਕੇ ਹੀ ਸਾਰੇ ਈਦ ਦੀ ਟੋਪੀਆਂ ਲੈਂਦੇ ਨੇ, ਆਪਣੀ ਭੈਣ ਦੇ ਫੁੱਦਿਆਂ ਉੱਤੇ ਈਦ ਦੀਆਂ ਟੋਪੀਆਂ ਦੀ ਸੇਲ ਲਾਉਂਦੇ ਨੇ ਤੇ ਇੰਡੀਆ ਦੇ ਬੰਦੇ ਯਹੂਦੀ ਇੰਗਲੈਂਡ ਅਮਰੀਕਾ ਦੇ ਹੋਰ ਬੰਦੇ ਆ ਕੇ ਸਾਡੀ ਭੈਣਾਂ ਦੇ ਫੁੱਦਿਆਂ ਦੇ ਉੱਪਰ ਹੀ ਟੋਪੀਆਂ ਲੈਂਦੇ ਨੇ ਤੇ ਸਾਡੀ ਭੈਣਾਂ ਚੋਦਦੇ ਨੇ ਠਾ ਠਾ ਕਹਿੰਦੇ 2 ਟੋਪੀਆਂ ਨਾਲ ਇੱਕ ਪਾਕਿਸਤਾਨੀ ਕੁੜੀ ਦਾ ਫੁੱਦਾ ਫ੍ਰੀ ਦੇ ਨਾਲ ਚੁੱਟੇ ਮਰੂਗੀ। ਜਾਤਮੀਰ ਦੀ ਕੁੜੀ ਤਾਂ ਹਮੇਸ਼ਾ ਫੁੱਦਾ ਬਰਾਉਂਡ ਚ ਨੰਬਰ ਬਣ ਰਹੀ ਆ ਤਾਂ ਹੁਣ ਮੈਨੂੰ ਵੀ ਪਿੱਛੇ ਛੱਡਿਆ ਜਾ ਰਿਹਾ ਹੱਲ ਕੀਤਾ ਜਾ ਰਿਹਾ ਪਾਕਿਸਤਾਨ ਦੀ ਗਾਂਢ ਦਾ ਤੇ ਜੋ ਲਾਉਂਦਾ ਜੋ ਘਰੇ ਬੈਠਾ ਮਾਂ ਚ ਨੂੰ ਆਪਣੀ ਹੱਲਾ ਗੁੱਲਾ ਕਰਕੇ ਪਾਕਿਸਤਾਨ ਦੀ ਗਾਂਢ ਚ ਇੰਨੇ ਲੁੱਲੇ ਬੜ ਗਿਆ ਭੈਣ ਚੋਦੋ ਹੁਣ ਤਾਂ ਬਾਹਰ ਨਿਕਲੋ ਪਾਕਿਸਤਾਨ ਦਾ ਜੂਠ ਅੱਲਾ ਗੁੱਲਾ ਪਾਕਿਸਤਾਨ ਦੀ ਗਾਂਢ ਚ ਲੁੱਲਾ ਮੁੱਲੇ ਚਾਹੁੰਦੇ ਲੁੱਲੇ ਸਭ ਦੇ